ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਤੁਹਾਡਾ ਸਵਾਗਤ ਆ ਦੂਜੇ ਵਲੌਗ ਦੇ ਵਿੱਚ। ਅਤੇ ਅੱਜ ਬਲਗੇਰੀਆ ਦੇ ਵਿੱਚ ਦੂਜਾ ਦਿਨ ਆ ਚੱਲਿਆ ਬਰਗਰਸ, ਅਤੇ ਆਹ ਮੇਰਾ ਹੋਸਟਲ ਸੀ, ਕੋਈ ਐਡਾ ਖਾਸ ਤਾਂ ਨਹੀਂ, ਠੀਕ ਠਾਕ ਜਿਹਾ ਸੀ। ਮੈਂ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਦਾ। ਤਿਆਰੀ ਹੋ ਗਈ ਆ ਹੋਸਟਲ ਛੱਡਣ ਦੀ, ਅਤੇ ਕੀ ਪਾਲਣ ਲੱਗੀਆਂ food is not good, no? Food, not bad, not very good. Not bad. But not, maybe, for a French guy. Okay. Yeah. Burgers mein chale ho, taiyari ho gayi? Really, the bash? Yeah, I don't, bro. Hum dekh rahe hain, garmi bahut zyada hai, temperature itthon da jehda hega va, oh taqreeban 33 degree aa. ਅਤੇ ਹੁਣ ਚੱਲੇ ਹਾਂ ਬੁਰਗਸ ਨੂੰ, ਰਾਹ 'ਚ ਦੇਖਦੇ ਹਾਂ, ਬ੍ਰੇਕਫਾਸਟ ਕਰਦੇ ਹਾਂ। ਟਾਈਮ ਹੋ ਚੁੱਕਾ ਸਵੇਰ ਦੇ 11:30 ਵੱਜ ਗਏ, ਅਤੇ ਬੁਰਗਸ ਹੈਗਾ ਇੱਥੋਂ ਤਕਰੀਬਨ 350 ਕਿਲੋਮੀਟਰ, ਅਤੇ 3.5 ਘੰਟੇ ਡਰਾਈਵ ਆ। ਦੇਖਦੇ ਹਾਂ। Yeah, I hope this man is famous and some many girls come to text me also. Thank you. I have cooked this for the road. Oh, okay. It's nuts. Nuts, yeah. From Bulgaria. On some protein bar. When you buy? A little supermarket. Okay. With a blonde girl and hard style music. And yeah. This, I think I took now. I take now. I want an energy drink. Yeah. Quality product. Product of Neopag. Bulgaria. Our craft has to not race with the terms. Yeah. Let's go! Finally, breakfast is okay. ਤੇ ਇਹੋ ਜਿਹੀ ਜਗ੍ਹਾ 'ਤੇ ਆਏ ਹਾਂ, ਇਹੋ ਜਿਹੀ ਆ ਜਗ੍ਹਾ, ਬਹੁਤ ਪਿਆਰੀ ਜਗ੍ਹਾ। ਥੋੜ੍ਹਾ ਜਿਹਾ ਕੁਕੀਸ ਲਵਾਂਗੇ ਨਾਲ ਕੌਫੀ। ਹਾਂਜੀ, ਬ੍ਰੇਕਫਾਸਟ ਕਰ ਲਿਆ ਸੀ, ਠੀਕ ਸੀ ਬ੍ਰੇਕਫਾਸਟ। ਕੁਕੀ ਸਮ ਕੁਕੀ ਕਰਦੇ ਸੀ ਅਤੇ ਨਾਲ ਕੈਫੇ ਕੌਣ ਲਿਚੇ ਸੀ, ਠੀਕ ਸੀ। 2 ਯੂਰੋ ਦਾ ਬਣਿਆ ਬਿੱਲ, ਕੋਈ ਐਡਾ ਜ਼ਿਆਦਾ ਨਹੀਂ ਬਣਿਆ। ਇੱਥੇ ਵੀ ਜਿਹੜਾ ਤੇਲ ਪਾਉਂਦੇ ਆ ਇੰਡੀਅਨ ਪਾਉਂਦੇ ਆ, ਬੰਦਾ ਆਪ ਹੀ ਪਾਉਂਦਾ, ਤੁਹਾਨੂੰ ਕੋਈ ਲੋੜ ਨਹੀਂ ਉਤਰਨ ਦੀ। ਅਤੇ ਗੱਡੀ ਵੀ ਸਾਫ਼ ਕਰ ਦਿੰਦੇ ਆ, ਸੇਮ ਹੀ ਆ ਇੰਡੀਅਨ ਨੂੰ ਹੀ ਆ। ਇੱਥੇ ਆਈ ਥਿੰਕ ਇਟਸ ਫੁੱਲ, ਨੋ ਇਟਸ ਫੁੱਲ। ਇੱਥੇ ਪ੍ਰਾਈਸ ਹੈਗਾ ਤਕਰੀਬਨ 120 ਰੁਪਏ ਲੀਟਰ ਤੇਲ ਦਾ, ਠੀਕ ਆ। ਬਾਕੀ ਯੂਰਪ ਕੰਟਰੀਆਂ ਨਾਲੋਂ ਕਾਫ਼ੀ ਸਾਈਡ ਆ। ਖਾਣ ਨੂੰ ਬਰੈਪ ਲੈ ਲਿਆ ਸੀ ਨਾਲ ਪਾਣੀ ਅਤੇ ਨਾਲ ਮੌਂਸਟਰ, ਕਰਦੇ ਹਾਂ ਟੇਸਟ। ਇਹ ਨਾ ਚਿਕਨ ਨਹੀਂ ਹੈਗਾ, ਇਹ ਪੰਛੀ ਆ ਕੋਈ, ਆ ਫੋਟੋ ਨਾਲ ਮੈਂਸ਼ਨ ਕਰ ਦੂੰਗਾ, ਦੇਖ ਲਿਓ। ਬਲਗੇਰੀਆ ਦੇ ਵਿੱਚ ਜਿਹੜੀ ਸੈਲਰੀ ਆ ਉਹ ਤਕਰੀਬਨ 700 ਯੂਰੋ ਆ। ਮੈਂ ਹੁਣੇ ਪੰਪ ਵਾਲੇ ਨਾਲ ਗੱਲ ਕੀਤੀ, ਫਿਰ ਮੈਨੂੰ ਦੱਸਿਆ ਕਿ 700 ਯੂਰੋ ਸੈਲਰੀ ਆ, ਯਾਨੀ ਕਿ ਇੰਡੀਆ ਦਾ ਕੋਈ 60,000 ਰੁਪਇਆ, ਠੀਕ ਆ, ਯਾਨੀ ਕਿ ਬੇਸਿਕ ਆ, ਘੱਟ ਆ ਯੂਰਪ ਦੇ ਹਿਸਾਬ ਨਾਲ ਘੱਟ ਆ, ਬਟ ਈਸਟਰਨ ਯੂਰਪ ਆ। ਸੋ ਮੰਗਿਆਈ ਇੱਥੇ ਉਨੀ ਕਿ ਆ, ਟੂਰਿਸਟ ਲਈ ਮੰਗਿਆਈ ਬਹੁਤ ਆ। ਫਾਈਨਲੀ ਬੁਰਗਸ 'ਚ ਐਂਟਰ ਹੋ ਗਏ ਹਾਂ, ਅਤੇ ਸਿਟੀ ਦਾ ਵਿਊ ਕਾਫੀ ਵਧੀਆ ਵਾ। ਹਸ ਲੁੱਕ ਲਾਈਕ ਨਿਊਯਾਰਕ, ਨੋ
like New Delhi. New Delhi? No. New Delhi, but. I think it's like France. Yeah, really, yeah. No? Monaco. Yeah, some area, yeah. Sure. Sugar man, yeah. So, different types of Bulgarians. There are some Bulgarians that are very cool and chill. Yeah. And some are like a prison dorm, like. Hello? How many possible to? Yeah, English? No. Get the fuck out of there. Yeah. Cameras. Yeah. 38. 40. 1 kilometer is 40. 40. 45. 58. 58. Yeah. Horse cameras. Yeah. Horse cameras. 1 kilometer. Try to keep money. Yeah. And that's it. Where is Black Sea? Where is Black Sea? We go to Black Sea. Okay. Ah, it's the Black Sea. It's a sea with a. You can't like. Oh, there's Black Sea. Black water, no? Black water. With some African. in. Black water. You know. Everything is cheaper here in Budapest. No. Everything, no. Yeah, everything. Yeah. Yeah, Bulgarian guy tell me yesterday it's cheaper, but depends because with the summer season it's a price. Yeah. But it's like Paris and Nice, you know. Yeah. So they call building kini teddy banaya. Wow, karigara. Kini aale bante. Wow. Bro, yellow taxi. ਘੈਂਟ ਆ ਯਾਰ ਬਲਗੇਰੀਆ ਸੋਹਣਾ ਬਹੁਤ ਸੋਹਣਾ ਵਾ ਕਾਫੀ ਸੋਹਣਾ ਬਲਗੇਰੀਆ ਸਰ ਗਈ ਨਾ ਮੈਂ ਬੁਰਗਸ ਕਾਫੀ ਸੋਹਣਾ ਵਾ ਸੋਫੀਆ ਦੇ ਮੁਕਾਬਲੇ ਕਾਫੀ ਸੋਹਣਾ ਸੋਫੀਆ ਕੈਪੀਟਲ ਸਿਟੀ ਆ ਬਲਗੇਰੀਆ ਦੀ ਇਹ ਜਿੱਦਾਂ ਸਾਈਡ ਸਿਟੀ ਆ ਬਟ ਇਹ ਜ਼ਿਆਦਾ ਵਧੀਆ ਲੱਗਣ ਦੀ ਹੁਣ ਤੱਕ ਦਾ ਜਿਹੜਾ ਵਿਊ ਆ ਇਹ ਜ਼ਿਆਦਾ ਵਧੀਆ ਆ ਅਪਾਰਟਮੈਂਟ ਪਹੁੰਚ ਗਿਆ ਜੀ ਅਪਾਰਟਮੈਂਟ ਕੁਛ ਇੱਦਾਂ ਦਾ ਵਾ ਤੁਹਾਨੂੰ ਦਿਖਾ ਦਿੰਦੇ ਅਸੀਂ ਦੋ ਜਣਿਆਂ ਨੇ ਬੁੱਕ ਕੀਤਾ ਮੈਂ ਤਾਂ ਜਿਹੜਾ ਮੇਰਾ ਫਾਂਸ ਦਾ ਦੋਸਤ ਆ ਉਹਨੇ ਬੁੱਕ ਕੀਤਾ ਵਾ ਇਹ ਅਪਾਰਟਮੈਂਟ ਦੀ ਐਂਟਰੈਂਸ ਆ ਇਹ ਪਹਿਲਾ ਰੂਮ ਆ ਕਾਫੀ ਸੋਹਣਾ ਰੂਮ ਆ ਦੋ ਬੈਡਰੂਮ ਅਪਾਰਟਮੈਂਟ ਆ ਕਾਫੀ ਲਾਈਟਿੰਗ ਲੁਕਟਿੰਗ ਵਧੀਆ ਕੀਤੀ ਹੋਈ ਆ ਅਤੇ ਇੱਧਰ ਨੂੰ ਹਾਂ ਸੈਕਿੰਡ ਰੂਮ ਆ ਇਹ 'ਚ ਵੀ ਟੀ ਵੀ ਲੱਗਾ ਅਲਮਾਰੀ ਲੱਗੀ ਵੱਡੀ ਇੱਧਰਲੀ ਸਾਈਡ 'ਤੇ ਬਾਲਕੋਨੀ ਆ ਇਹ ਵੀ ਵਾਈਫਾਈ ਲੱਗਾ ਹੋਇਆ ਕਾਫੀ ਵਧੀਆ ਯਾਰ ਥੋੜ੍ਹਾ ਪ੍ਰਾਈਸ ਆ ਜਿਹੜੀ ਕਿ ਇੰਡੀਆ ਦੇ ਕੋਈ 5,500 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਇਹ ਦੋ ਬੈਡਰੂਮ ਅਪਾਰਟਮੈਂਟ ਇਹ ਬਾਥਰੂਮ ਆ ਕਾਫੀ ਵਧੀਆ ਵੀ ਇਹ ਸਿਟਿੰਗ ਏਰੀਆ ਨਾਲ ਕਿਚਨ ਸਹੀ ਆ ਸੋਹਣਾ ਵਾ ਵਧੀਆ ਹਾਊਸ ਬ੍ਰੋ ਵੈਰੀ ਗੁੱਡ ਵੈਰੀ ਗੁੱਡ ਯਾਰ ਇਟਸ ਆਲਸੋ ਚੀਪ ਨੋ This room is my room. Speak. No, it's my room. No. This is my room. And you have a private terrace. Oh my god. Oh, we have cream. So it's cool. Ah, ide piche park hai. Aithe nyane picnic mana rahe hai. Te garmi bahut aa. Assi vi socha nahake unne ja ke samundar te. Baki ida tuhanu pata hi hai.
ਤੇ ਕਿਤੇ ਕਿਤੇ ਨਹਾਉਂਦਾ, ਛੇਤੀ ਨਹੀਂ ਨਹਾਉਂਦਾ. ਵੇਅਰ ਯੂ ਗੋ? ਵੀ ਗੋ ਟੂ ਦ ਬੀਚ. ਕਾਫੀ ਵਧੀਆ ਇੱਥੋਂ ਦਾ ਬੀਚ ਏਰੀਆ. ਓ ਨਾਈਸ, ਇਟਸ ਅ ਬੀਚ. ਯਾ, ਰੈਸਟੋਰੈਂਟ ਵੀ ਇੱਥੇ ਕਾਫੀ ਸੋਹਣੇ ਆ. ਪੱਜੀ ਬੱਕਰੀ ਕਾਫੀ ਸ਼ਾਂਤ ਜਿਹਾ ਸ਼ਹਿਰ ਆ ਯਾਰ ਇਹ ਵੀ, ਬੁਰਗਸ ਵੀ. ਆਪਾਂ ਜਿੱਥੇ ਅਪਾਰਟਮੈਂਟ ਕੀਤਾ ਬੁੱਕ ਉੱਥੋਂ ਤਕਰੀਬਨ ਅੱਧੇ ਕੁ ਘੰਟੇ ਡਰਾਈਵ 'ਤੇ ਆ. ਇੰਨਾ ਕੁਛ ਦੇਖਣ ਨੂੰ ਖਾਸ ਹੈ ਨਹੀਂ. ਇਹਦਾ ਮੇਨ ਸ਼ਹਿਰ ਜਿਹੜਾ ਵਾ ਉਹ ਸੋਫੀਆ ਹੀ ਆ. ਬੁਰਗਸ ਹੋਣਾ ਅਤੇ ਜ਼ਿਆਦਾ ਬੀਚ ਲਾਈਫ ਆ, ਬਸ ਉਹੀ ਆ ਮੇਨ. ਬਾਕੀ ਜਿਹੜੇ ਅਪਾਰਟਮੈਂਟ ਆ ਉਹ ਵੀ ਪੁਰਾਣੇ, ਕੋਈ ਨਵੇਂ ਨਹੀਂ ਹੈਗੇ, ਕਾਫੀ ਚਿਰ ਪੁਰਾਣਾ. ਤੁਹਾਨੂੰ ਟਿਪੀਕਲ ਜਿੱਦਾਂ ਨਾ ਸੋਵੀਅਤ ਯੂਨੀਅਨ ਦੀ ਆਉਂਦੀ ਫੀਲਿੰਗ. ਅਤੇ ਤਕਰੀਬਨ ਜਿਹੜੀ ਇੱਥੋਂ ਦੀ ਲੈਂਗੁਏਜ ਆ ਉਹ ਵੀ ਰਸ਼ੀਅਨ ਨਾਲ ਰਲਦੀ ਆ. ਰਸ਼ੀਅਨ ਸੇਮ ਹੀ, ਜਿਹੜਾ ਬੰਦਾ ਰਸ਼ੀਅਨ ਬੋਲਦਾ ਜਾਂ ਸਮਝਦਾ ਉਹ ਬੰਦਾ ਇੱਥੇ ਸਰਵਾਈਵ ਬੜਾ ਵਧੀਆ ਕਰ ਸਕਦਾ. ਇੱਥੇ ਰੈਸਟੋਰੈਂਟ 'ਤੇ ਆਏ ਸੀ ਯਾਰ, ਇੱਕ ਰੈਸਟੋਰੈਂਟ ਸ਼ਹਿਰ ਦਾ ਸਭ ਤੋਂ ਵਧੀਆ ਰੈਸਟੋਰੈਂਟ ਆ ਇਹ, ਅਤੇ ਨੰਬਰ 1 ਰੈਸਟੋਰੈਂਟ ਆਉਂਦਾ ਬੁਰਗਸ ਸਿਟੀ ਦਾ. ਹਾਂਜੀ, ਖਾਣਾ ਮੰਗਾ ਲਿਆ, ਕੁਛ ਇੱਦਾਂ ਦਾ ਖਾਣਾ ਵਾ. ਇਹਨੇ ਮੰਗਾਏ ਬੀਫ ਵਾਲੇ ਪਕੌੜੇ, ਇਹ ਮੱਛੀ ਵਾਲੇ ਆ, ਇੱਧਰ ਆਲੂ ਆ, ਬੀਅਰ, ਸਮ ਵਾਈਨ. ਇੱਥੇ ਜੀ ਬੁਰਗਸ ਦੀ ਨਾਈਟ ਲਾਈਫ. ਤਕਰੀਬਨ ਕਸੀਨੋ ਦੇਖਣ ਨੂੰ ਬਹੁਤ ਜ਼ਿਆਦਾ ਮਿਲੇ ਆ, 12 ਕਸੀਨੋ. ਜ਼ਿਆਦਾ ਟੂਰਿਸਟਿਕ ਮਾਹੌਲ ਹੀ ਆ ਇੱਥੇ. ਬੁਰਗਸ ਦੇ ਕਲੱਬ ਆ ਜੀ ਆਲੇ ਦੁਆਲੇ. ਰੈਸਟੋਰੈਂਟ ਕਾਫੀ ਹੈ ਯਾਰ ਇਸ ਲੈਨ ਦੇ ਵਿੱਚ ਨਾ, ਕਾਫੀ ਰੈਸਟੋਰੈਂਟ ਆ. ਮੈਨੂੰ ਸੋਫੀਆ ਤੋਂ ਜ਼ਿਆਦਾ ਵਧੀਆ ਇੱਥੋਂ ਦਾ ਐਕਸਪੀਰੀਅੰਸ ਲੱਗਾ, ਕਿਉਂਕਿ ਨਾਈਟ ਲਾਈਫ ਲਈ ਇੱਥੇ ਕਾਫੀ ਕੁਛ ਆ. ਜ਼ਰੂਰੀ ਨਹੀਂ ਕਿ ਕਲੱਬ ਹੀ ਆ, ਤੁਹਾਡੇ ਖਾਣ ਪੀਣ ਲਈ ਵਧੀਆ ਰੈਸਟੋਰੈਂਟ ਆ ਇੱਥੇ. ਸੋਫੀਆ ਨਾਲੋਂ ਜ਼ਿਆਦਾ ਵਧੀਆ ਰੈਸਟੋਰੈਂਟ ਮੈਨੂੰ ਇੱਥੇ ਲੱਗੇ, ਜਦਕਿ ਸੋਫੀਆ ਜਿਹੜੀ ਆ ਉਹ ਕੈਪੀਟਲ ਸਿਟੀ ਆ ਬਲਗੇਰੀਆ ਦੀ. ਔਰ ਇੱਕ ਗੱਲ ਹੋਰ ਕਿ ਇਹ ਸੋਫੀਆ ਨਾਲ ਸਸਤੀ ਆ, ਜ਼ਿਆਦਾ ਸਸਤੀ ਆ. ਸੋਫੀਆ ਸ਼ਹਿਰ ਜਿਹੜਾ ਕੈਪੀਟਲ ਸਿਟੀ ਆ ਉਹ ਮਹਿੰਗੀ ਆ, ਬਟ ਇਹ ਸਸਤੀ ਸਿਟੀ ਆ ਅਤੇ ਘੈਂਟ ਸਿਟੀ ਆ. ਇੱਥੇ ਤੁਹਾਨੂੰ ਬੀਅਰ ਮਿਲ ਜੂਗੀ ਤਕਰੀਬਨ ਇੰਡੀਆ ਦੇ 100 ਰੁਪਏ ਦੀ ਬੀਅਰ ਮਿਲ ਜੂਗੀ ਇੱਕ, ਬੜੀ ਆਸਾਨੀ ਨਾਲ. ਕਾਫੀ ਵਧੀਆ ਯਾਰ. ਬੁਰਗਸ ਆਪਣੇ ਕਲੱਬਾਂ ਲਈ ਬਹੁਤ ਜ਼ਿਆਦਾ ਮਸ਼ਹੂਰ ਆ, ਜਿੱਦਾਂ ਤੁਸੀਂ ਦੇਖ ਸਕਦੇ ਪੂਰੀਆਂ ਰੌਣਕਾਂ ਲੱਗੀਆਂ.
ਆ ਮਸ਼ੀਨ ਦੇਖ ਕੇ ਕਿੰਟੋ ਨੂੰ ਵੀ ਚੁੱਲ ਉੱਠੀ ਆ, ਦੇਖਦੇ ਚੈਲੰਜ ਪੂਰਾ ਹੁੰਦਾ ਕਿ ਨਹੀਂ ਹੁੰਦਾ, 2 ਮਿੰਟ ਦਾ ਚੈਲੰਜ ਆ ਯਾ ਯੂ ਕੈਨ ਡੂ ਇਟ ਬ੍ਰੋ। Come on bro, come on, only 1 minute left. Come on, come on. You can do it bro, you can do it. How many time? Halfway. Half time. Half time? Yeah. Halfway. ਹੁਣ ਤੱਕ ਦਾ ਜੋ ਮੇਰਾ ਐਕਸਪੀਰੀਅੰਸ ਆ ਉਹ ਇਹ ਆ ਕਿ ਬਲਗੇਰੀਆ ਕਾਫੀ ਸੇਫ ਆ। ਜਦੋਂ ਮੈਂ ਇੱਥੇ ਆਇਆ ਸੀ ਸੋਚਿਆ ਨਹੀਂ ਸੀ ਇੰਨਾ ਸੇਫ ਹੋਊਗਾ, ਬਟ ਬਹੁਤ ਜ਼ਿਆਦਾ ਸੇਫ ਆ। ਜਿੱਦਾਂ ਤੁਸੀਂ ਦੁਕਾਨ ਦੇਖ ਰਹੇ ਹੋ ਸਾਹਮਣੇ, ਇੱਥੇ ਦੇਖੋ ਫਰਿੱਜ ਉੱਦਾਂ ਹੀ ਆ, ਉੱਪਰ ਹੀ ਪਈ ਆ। ਉਹਨਾਂ ਨੇ ਸਿਰਫ ਆਪਣਾ ਸਮਾਨ ਚੱਕਿਆ ਥੋੜ੍ਹਾ ਜਿਹਾ, ਬਟ ਆ ਤੁਸੀਂ ਚੇਅਰਸ ਦੇਖ ਸਕਦੇ ਆ, ਇਹ ਵੀ ਇੱਦਾਂ ਹੀ ਆ, ਇਹਨੂੰ ਕੋਈ ਲੌਕ ਨਹੀਂ ਲੱਗਾ। ਜਦਕਿ ਹੋਰ ਕੰਟਰੀਆਂ ਦੇ ਵਿੱਚ ਦੇਖੀਦਾ ਲੌਕ ਲੱਗਾ ਹੁੰਦਾ, ਪਰ ਕਾਫੀ ਸੇਫ ਆ ਯਾਰ ਕਾਫੀ। ਇਹ ਮਾਰਕੀਟ ਬਹੁਤ ਵੱਡੀ ਆ, ਬਟ ਹੁਣ ਕਲੋਜ਼ ਹੋ ਚੁੱਕੀ ਆ, ਟਾਈਮ ਜ਼ਿਆਦਾ ਹੋ ਗਿਆ, ਹੁਣ ਓਨਲੀ ਕਲੱਬ ਖੁੱਲ੍ਹੇ ਆ ਇਕੱਲੇ।